ਪਾਕਿਸਤਾਨ ਦੇ ਵਿੱਚ ਵਿਸਾਖੀ ਦੇ ਤਿਉਹਾਰ ਮਨਾਉਂਦੇ ਸਮੇਂ ਸਿੱਖ ਵਿਅਕਤੀ ਨੂੰ ਨੰਗਾ ਕਰਕੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ। ਇਹੀ ਨਹੀਂ, ਪਾਕਿਸਤਾਨ ਦੇ ਕੱਟੜਪੰਥੀ ਸੰਗਠਨ ਤਹਿਰੀਕ ਏ ਲਬੈਕ ਪਾਕਿਸਤਾਨ TLP ਨੇ ਇਸ ਘਟਨਾ ਦਾ ਵੀਡੀਓ ਵੀ ਬਣਾਇਆ ਹੈ, ਜਿਸ ਦੇ ਵਿੱਚ ਹੁਣ ਸੋਸ਼ਲ ਮੀਡੀਆ ਦੇ ਉੱਪਰ ਇਸ ਨੂੰ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ। ਪਰੰਤੂ ਕੀ ਹੈ ਅਸਲ ਕਹਾਣੀ ਇਸ ਦੇ ਪਿੱਛੇ ਦੀ, ਉਹ ਵੀ ਤੁਹਾਨੂੰ ਦੱਸਾਂਗੇ ਅਤੇ ਇਹ ਪ੍ਰਤੀਕਿਰਿਆਵਾਂ ਉਹ ਵੀ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਭਾਜਪਾ ਦੇ ਨੇਤਾ ਮਨਜਿੰਦਰ ਸਿਰਸਾ ਨੇ ਸੋਸ਼ਲ ਮੀਡੀਆ ਐਕਸ ਦੇ ਉੱਪਰ ਪੋਸਟ ਕਰਕੇ ਭਾਰਤ ਸਰਕਾਰ ਤੋਂ ਕਾਰਵਾਈ ਦੇ ਵਾਸਤੇ ਮੰਗ ਕਰ ਦਿੱਤੀ ਹੈ। ਸਿਰਸਾ ਨੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਪਾਕਿਸਤਾਨ ਤੋਂ ਇੱਕ ਬਰਬਰਤਾ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜਿਸ ਦੇ ਵਿੱਚ ਇੱਕ ਸਿੱਖ ਵਿਅਕਤੀ ਨੂੰ ਨੰਗਾ ਕੀਤਾ ਗਿਆ, ਪੈਰ ਬੰਨੇ ਗਏ, ਪਗੜੀ ਉਤਾਰੀ ਗਈ ਅਤੇ ਫੇਰ ਲਾਠੀ ਡੰਡਿਆਂ ਦੇ ਨਾਲ ਉਸ ਨੂੰ ਕੁੱਟਿਆ ਗਿਆ। ਵੀਡੀਓ ਦੇ ਵਿੱਚ ਤਹਿਰੀਕ ਲਬੈਕ ਪਾਕਿਸਤਾਨ TLP ਦੇ ਲੋਕਾਂ ਦਾ ਜਿਹੜਾ ਲੋਗੋ ਹੈ ਉਹ ਵੀ ਲੱਗਿਆ ਹੋਇਆ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ TLP ਕੱਟੜਪੰਥੀਆਂ ਨੇ ਨਿਰਦੇਸ਼ ਦੇ ਮੁਤਾਬਿਕ ਹੀ ਸਿੱਖਾਂ ਨੂੰ ਹੀ ਸਿਰਫ ਇਸ ਕਰਕੇ ਕੁੱਟਿਆ ਹੈ ਕਿਉਂਕਿ ਉਨ੍ਹਾਂ ਦੇ ਵੱਲੋਂ ਵਿਸਾਖੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ। SGPC ਦੇ ਸਚਿਵ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਇਹ ਨਿੰਦਣਯੋਗ ਘਟਨਾ ਹੈ। ਵੀਡੀਓ ਦੇ ਆਧਾਰ ਦੇ ਉੱਪਰ SGPC ਪਾਕਿਸਤਾਨ ਸਰਕਾਰ ਨੂੰ ਲਿਖੇਗੀ ਵੀ ਪੱਤਰ ਅਤੇ ਪਾਕਿਸਤਾਨ ਦੇ ਵਿੱਚ ਸਿੱਖਾਂ ਅਤੇ ਘੱਟ ਗਿਣਤੀਆਂ ਦੇ ਨਾਲ ਇਸ ਪ੍ਰਕਾਰ ਦੇ ਅਣਮਨੁੱਖੀ ਵਿਵਹਾਰ ਦੇ ਵਾਸਤੇ ਇਸ ਦੇ ਵਾਸਤੇ ਆਵਾਜ਼ ਬੁਲੰਦ ਕੀਤੀ ਜਾਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਸਿਰਸਾ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਸਰਕਾਰ ਪ੍ਰਧਾਨ ਮੰਤਰੀ ਦੀ ਚੁੱਪੀ ਜੋ ਹੈ ਉਹ ਦੁਖਦ ਹੈ, ਕਿਉਂਕਿ ਭਾਰਤੀ ਵਿਦੇਸ਼ ਮੰਤਰਾਲਾ ਨੇ ਇਸ ਦੇ ਬਾਰੇ ਵਿੱਚ ਮਾਮਲਾ ਉਠਾਉਣ ਦੀ ਕੋਸ਼ਿਸ਼ ਵੀ ਕੀਤੀ ਸੀ, ਪਰੰਤੂ ਹਾਲੇ ਤੱਕ ਇਸ ਦੇ ਬਾਰੇ ਚ ਕੁਝ ਵੀ ਸਾਹਮਣੇ ਨਹੀਂ ਆਇਆ। ਸਿਰਸਾ ਨੇ ਭਾਰਤੀ ਵਿਦੇਸ਼ ਮੰਤਰਾਲਾ ਦੇ ਫੋਰਨ ਸੈਕਟਰੀ ਵਿਨੇ ਕਵਾਤਰਾ ਨੂੰ ਸੋਸ਼ਲ ਮੀਡੀਆ ਦੇ ਉੱਪਰ ਟੈਗ ਕਰਦੇ ਹੋਏ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਪਾਕਿਸਤਾਨ ਸਰਕਾਰ ਦੇ ਨਾਲ ਅੱਗੇ ਆਉਣ ਅਤੇ ਇਸ ਮਾਮਲੇ ਨੂੰ ਉਠਾਉਣ। ਕੌਣ ਹੈ TLP, ਜਿਸ ਦੇ ਉੱਪਰ BJP ਨੇਤਾ ਨੇ ਦੋਸ਼ ਲਗਾਏ ਨੇ? BBC ਦੇ ਮੁਤਾਬਿਕ ਤਹਿਰੀਕ ਲਬੈਕ ਸੰਗਠਨ ਪਾਕਿਸਤਾਨ ਦੇ ਵਿੱਚ ਇੱਕ ਕੱਟੜ ਦੱਖਣ ਪੰਥੀ ਇਸਲਾਮੀ ਚਰਮਪੰਥੀ ਰਾਜਨੀਤਿਕ ਦਲ ਹੈ। ਤਹਿਰੀਕ ਲਬੈਕ ਪਾਕਿਸਤਾਨ ਦੀ ਸਥਾਪਨਾ ਅਮੀਰ ਮੌਲਾਨਾ ਖਾਦਿਮ ਹੁਸੈਨ ਰਿਜਵੀ ਨੇ 1 ਅਗਸਤ 2015 ਦੇ ਵਿੱਚ ਕੀਤੀ ਸੀ। ਰਿਜਵੀ ਨੂੰ 12 ਅਪ੍ਰੈਲ 2021 ਦੇ ਵਿੱਚ ਲੋਕਾਂ ਦੇ ਵਿਰੋਧ ਅਤੇ ਹਿੰਸਕ ਪ੍ਰਦਰਸ਼ਨ ਦੇ ਵਾਸਤੇ ਉਕਸਾਉਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪਾਕਿਸਤਾਨ ਸਰਕਾਰ ਅਤੇ TLP ਦੇ ਦਰਮਿਆਨ 31 ਅਕਤੂਬਰ ਨੂੰ ਹੋਏ ਇੱਕ ਸਮਝੌਤੇ ਦੇ ਤਹਿਤ ਰਿਜਵੀ ਨੂੰ ਰਿਹਾ ਕਰ ਦਿੱਤਾ ਗਿਆ ਸੀ। TLP ਮੰਗ ਕਰਦੀ ਹੈ ਕਿ ਸ਼ਰੀਆ ਦੇ ਕਾਨੂੰਨ ਜੋ ਨੇ ਉਹ ਪਾਕਿਸਤਾਨ ਦੇ ਵਿੱਚ ਲਾਗੂ ਹੋਣ ਅਤੇ ਇਸਲਾਮਿਕ ਫੰਡਾਮੈਂਟਲ ਲਾਅ ਦੇ ਮੁਤਾਬਿਕ ਹੀ ਇੱਥੇ ਸਾਰੇ ਲੋਕ ਆਪਣੀ ਜ਼ਿੰਦਗੀ ਜਿਉਣ। ਪਰੰਤੂ ਇਹ ਤਾਂ ਸਿੱਕੇ ਦਾ ਸਿਰਫ ਇੱਕ ਹੀ ਪਹਿਲੂ ਹੈ, ਹੁਣ ਗੱਲ ਕਰਦੇ ਹਾਂ ਇਸ ਦੇ ਅਸਲੀ ਅਤੇ ਦੂਸਰੇ ਪਹਿਲੂ ਦੀ। ਜੀ ਹਾਂ, ਜਦੋਂ ਇਸ ਦੇ ਬਾਰੇ ਵਿੱਚ ਘੋਖ ਪੜਤਾਲ ਕੇ ਜਾਣਕਾਰੀ ਕੱਢੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਸਾਰੀ ਦੀ ਸਾਰੀ ਜਿਹੜੀ ਵੀਡੀਓਜ਼ ਨੇ ਜਿਹੜੀਆਂ ਕਿ ਵਾਇਰਲ ਹੋ ਰਹੀਆਂ ਨੇ ਜਾਂ ਫਿਰ ਲੋਕਾਂ ਦੇ ਵੱਲੋਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਅਲੱਗ ਅਲੱਗ ਪਲੇਟਫਾਰਮਸ ਦੇ ਉੱਪਰ, ਉਹ ਬਹੁਤ ਹੀ ਪੁਰਾਣੀਆਂ ਵੀਡੀਓਜ਼ ਨੇ ਜਿਨ੍ਹਾਂ ਨੂੰ ਇੱਕ ਵਾਰ ਫੇਰ ਤੋਂ ਸ਼ੇਅਰ ਕਰਕੇ, ਜੀ ਹਾਂ, ਇਸ ਪੋਸਟ ਦੇ ਵਿੱਚ ਵੇਖਿਆ ਜਾ ਸਕਦਾ ਹੈ ਜਿਹੜੀ ਕਿ ਖੁਦ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਫੀਸ਼ੀਅਲ ਪੇਜ ਤੋਂ ਇਸ ਨੂੰ ਸ਼ੇਅਰ ਕੀਤਾ ਗਿਆ ਹੈ। ਉਹਨਾਂ ਦੇ ਵੱਲੋਂ ਇਸ ਦੇ ਬਾਰੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜਿਹੜੀਆਂ ਵੀ ਇਹ ਨਫ਼ਰਤ ਭਰੇ ਬਿਆਨਬਾਜ਼ੀਆਂ ਜਾਂ ਫਿਰ ਨਫ਼ਰਤ ਭਰੀਆਂ ਸੋਸ਼ਲ ਮੀਡੀਆ ਦੇ ਉੱਪਰ ਅਲੱਗ ਅਲੱਗ ਜਿਵੇਂ ਕਿ @MEGUPDATES ਅਤੇ RS Rajinder ਵਰਗੇ ਜਿਹੜੇ ਵੀ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਦੇ ਉੱਪਰ ਪਲੇਟਫਾਰਮ ਨੇ, ਉਹਨਾਂ ਦੇ ਵੱਲੋਂ ਪੁਰਾਣੀਆਂ ਅਤੇ ਖੁਦ ਆਪਣੇ ਵੱਲੋਂ ਹੀ ਬਣਾ ਕੇ ਪਾਈਆਂ ਗਈਆਂ ਵੀਡੀਓਜ਼ ਨੇ, ਉਹਨਾਂ ਨੂੰ ਕ੍ਰੀਏਟ ਕਰਕੇ ਮੁਸਲਮਾਨਾਂ ਅਤੇ ਸਿੱਖਾਂ ਦੇ ਦਰਮਿਆਨ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਪ੍ਰਕਾਰ ਦੇ ਲੋਕਾਂ ਨੂੰ ਵੇਖਣ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਸਿਰਫ ਨਫ਼ਰਤ ਅਤੇ ਫੁੱਟ ਫੈਲਾ ਕੇ ਹੀ
ਆਪਣੇ ਆਪਣੇ ਜਿਹੜੇ ਸਿਆਸੀ ਮੁਫਾਦ ਨੇ ਉਹਨਾਂ ਨੂੰ ਹਾਸਲ ਕਰਨਾ ਚਾਹੁੰਦੇ ਨੇ। ਇਸ ਕਰਕੇ ਅਜਿਹੇ ਲੋਕਾਂ ਤੋਂ ਤੁਸੀਂ ਦੂਰ ਰਹੋ, ਅਜਿਹੇ ਲੋਕਾਂ ਨੂੰ ਤੁਸੀਂ ਬਲੌਕ ਕਰੋ ਤਾਂ ਕਿ ਤੁਹਾਨੂੰ ਇਸ ਪ੍ਰਕਾਰ ਦੀ ਕੋਈ ਵੀ ਮਿਸ ਇਨਫੋਰਮੇਸ਼ਨ ਦਾ ਸਾਹਮਣਾ ਨਾ ਕਰਨਾ ਪਵੇ। ਤਾਂ ਇਸ ਪ੍ਰਕਾਰ ਦੀਆਂ ਜਿਹੜੀਆਂ ਮਿਸ ਇਨਫੋਰਮੇਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਲਗਾਤਾਰ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਫੈਲਾਈਆਂ ਜਾਂਦੀਆਂ ਨੇ, ਉਹਨਾਂ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।